ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਸਰਾਲੀ ਮੰਡ, ਤਹਿਸੀਲ ਪੱਟੀ, ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰਪਿੰਦਰ ਦੇ ਕੋਲ। ਸੋ ਪਸ਼ੂ ਵਪਾਰ ਦਾ ਕੰਮ ਆ ਦੋਸਤੋ, ਵਿਕਰੀ ਵਾਲੇ ਪਸ਼ੂ ਖਾਸ ਤੁਹਾਨੂੰ ਇਸ ਘਰੋਂ ਆਪਾਂ ਦਿਖਾਉਂਦੇ ਰਹੀਦਾ। ਅਤੇ ਸਰਾਲੀ ਮੰਡ ਦੇ ਨਾਲ ਲੱਗਦੇ ਪਿੰਡ ਦੋਸਤੋ ਸ਼ਕਰੀ ਪਿੰਡ ਬਿਲਕੁਲ ਲੱਗੇ ਆ, ਕੈਰੋਂ, ਲੌਕਾ, ਕੰਡਿਆਲਾ ਅਤੇ ਬੁਰਜ ਨੱਥੂਗੇ, ਇੱਕ ਪਾਸੇ ਪੱਟੀ, ਕੋਈ 8-7 ਕਿਲੋਮੀਟਰ ਦੀ ਦੂਰੀ ਹੈਗੀ ਆ ਸਰਾਲੀ ਮੰਡ ਤੋਂ। ਅਤੇ ਖਾਸ ਵਿਜਿਟ ਤੁਸੀਂ ਪਿੰਡ ਸਰਾਲੀ ਮੰਡ ਕਰਕੇ ਦੋਸਤੋ। ਇਹ ਪਸ਼ੂ ਅੱਜ ਤੁਹਾਨੂੰ ਤਿੰਨ ਦਿਖਾਵਾਂਗੇ, ਤਿੰਨੇ ਵਿਹੜਾਂ ਨੇ ਦੋਸਤੋ। ਪਹਿਲੇ ਪਹਿਲੇ ਸੂਬੇ ਵੀ ਸੂਣ ਜਾ ਰਹੀਆਂ, ਵਿਹੜਾਂ ਅਵੇਲੇਬਲ ਨੇ, ਇੱਕ ਦੂਜੇ ਸੂਬੇ ਸੂਣ ਦੇ ਵਿੱਚ ਬਿਲਕੁਲ ਤਿਆਰ ਵਿਹੜ ਖੜ੍ਹੀ ਆ ਤੀਜੇ ਨੰਬਰ 'ਤੇ। ਸੋ ਟਿਪ ਕੇ ਤਸੱਲੀ ਕਰ ਸਕਦੇ ਹੋ ਆਪਣੀ ਘਰ ਵਿਜਿਟ ਕੇ, ਵਿਜ਼ਿਟ ਕਰਕੇ ਦੋਸਤੋ ਤਸੱਲੀ ਕਰ ਸਕਦੇ ਹੋ। ਅਤੇ ਵਿਹੜਾਂ ਚੰਗੀਆਂ ਨੇ, ਸਾਫ਼ ਸੁਥਰੀਆਂ ਨੇ। ਪੂਰੀ ਡਿਟੇਲ ਆਪਾਂ ਵੀਰਪਿੰਦਰ ਦੇ ਨਾਲ ਗੱਲਬਾਤ ਕਰਕੇ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਸੋ ਐਨੀਮਲ ਜਿਹੜੇ ਦੋਸਤੋ ਤਿੰਨੇ ਚੰਗੇ ਆ, ਠੀਕ ਆ, ਬਾਕੀ ਪਸੰਦ ਤੁਹਾਡੀ ਆ, ਚੁਆਇਸ ਤੁਹਾਡੀ ਆ ਜੀ। ਹਾਂਜੀ, ਸਭ ਤੋਂ ਪਹਿਲਾਂ ਪਿੰਦਰ ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੋਰ ਠੀਕ ਠਾਕ ਜੀ? ਚੜ੍ਹਦੀ ਕਲਾ ਜੀ। ਗਰਮੀ ਪੂਰੀ ਪੈਣ ਲੱਗ ਪਈ ਆ। ਗਰਮੀ ਤਾਂ ਇੱਦਾਂ ਹੀ ਆ ਜੀ। ਝੋਨੇ ਝਾਨੇ ਲਾ ਲਏ ਫਿਰ ਵੀਰ? ਝੋਨੇ ਇੱਦਾਂ ਹੀ ਆ, ਕੁਝ ਲਾਇਆ ਕੁਝ ਰਹਿੰਦਾ। ਠੀਕ ਆ ਜੀ, ਠੀਕ ਆ। ਚਲੋ ਸੇਲ ਲਗਾ, ਲਵਾਈ ਬੜੀ ਜ਼ੋਰਾਂ ਸ਼ੋਰਾਂ 'ਤੇ ਚੱਲ ਰਹੀ ਹੁਣ? ਪੂਰਾ ਪੂਰਾ ਜੀ, ਪੂਰਾ। ਠੀਕ ਆ, ਪੂਰਾ ਦਿਨ ਰਾਤ ਕੀਤੀ ਜਾਂਦਾ ਨੇ ਕਿ। ਚਲੋ ਸ਼ੁਕਰ ਮਾਲਕ, ਚਲੋ ਭਾਗ ਲਾਵੇ ਸਾਰਿਆਂ ਨੂੰ। ਹਾਂਜੀ ਹਾਂਜੀ। ਅਤੇ ਪਿੰਦਰ ਵੀਰ, ਅੱਜ ਪਸ਼ੂ ਤਿੰਨ ਪਕਾਊ ਆ ਜੀ? ਹਾਂਜੀ, ਤਿੰਨ ਆ ਜੀ। ਤਿੰਨੇ ਵਿਹੜਾ ਗੱਬਣ? ਹਾਂਜੀ। ਤਿਆਰ ਪਰ ਤਿਆਰ ਹੀ, ਮਤਲਬ ਤਾਂ ਸੂਣ ਦੇ ਨੇੜੇ। ਬਿਲਕੁਲ ਬਿਲਕੁਲ। ਠੀਕ ਆ, ਵਿਹੜਾ ਦੋਸਤੋ ਤਿੰਨੇ ਸੂਣ ਦਾ ਬਿਲਕੁਲ ਲਾਗੇ ਹੋਣਗੀਆਂ। ਅਤੇ ਵੀਡੀਓ ਨੂੰ ਐਂਡ ਤੱਕ ਤੁਸੀਂ ਦੇਖ ਲਿਓ, ਪੂਰੀ ਡਿਟੇਲ ਜਿਹੜੀ ਆਪਾਂ ਵੀਰਪਿੰਦਰ ਤੋਂ ਲੈ ਲੈਂਦੇ ਹਾਂ। ਵਿਹੜਾ ਚੰਗੀਆਂ ਲੱਗਣਗੀਆਂ, ਪਸੰਦ ਜਿਹੜੀ ਵਿਹੜ ਆਊਗੀ ਉਹਦੀ ਗੱਲਬਾਤ ਤੁਸੀਂ ਦਿੱਤੇ ਹੋਏ ਨੰਬਰਾਂ 'ਤੇ ਕਰ ਲਿਓ। ਬਿਲਕੁਲ ਨੰਬਰ ਸਕਰੀਨ ਦੇ ਥੱਲੇ ਚੱਲਦੇ ਪਏ ਆ। ਅਤੇ ਪਿੰਦਰ ਭਾਈ, ਪਹਿਲੇ ਨੰਬਰ 'ਤੇ ਇੱਥੋਂ ਸਟਾਰਟ ਕਰੀਏ ਜੀ। ਹਾਂਜੀ, ਠੀਕ ਹੈ। ਇਹ ਵਿਹੜ ਕ੍ਰੋਸ ਆ ਗਈ ਹੈ ਜੀ? ਹਾਂਜੀ, ਕ੍ਰੋਸ ਆ ਜੀ। ਸ਼ਾਹੀਵਾਲ ਕ੍ਰੋਸ ਆ ਗਈ ਹੈ? ਸ਼ਾਹੀਵਾਲ ਜੱਸੀ, ਸ਼ਾਹੀਵਾਲ ਹੀ ਜ਼ਿਆਦਾ ਦਿੰਦਾ। ਠੀਕ ਹੈ, ਸ਼ਾਹੀਵਾਲ ਜਿਹੜੀ ਦੋਸਤੋ ਕ੍ਰੋਸ, ਇਹ ਵਿਹੜ ਤੁਹਾਨੂੰ ਦਿਖਾ ਰਹੇ ਹਾਂ। ਸੂਆ ਠੰਡੀ ਆ, ਠੰਡੀ ਧੀਰੀ ਹੈ ਪੂਰੀ। ਲਓ ਜੀ, ਅਤੇ ਸੂਆ ਵੀਰ ਕਿਨਮਾ ਸੁਣ ਜਾ ਰਹੀ ਹੈ? ਸੂਆ ਦੂਜਾ ਸ਼ਾਹੀ, ਦੂਜਾ ਦੂਜਾ ਸੂਆ ਦੋਸਤੋ। ਅਤੇ ਦਿਨ ਪੂਰੇ ਲਗਭਗ ਪੂਰੇ ਪੂਰੇ ਐਵੇਂ ਜੰਗ ਦੀ ਮਾਲਕ ਆ, ਜੇ ਡੰਗ ਦੀ ਸੂਪ ਪਊਗੀ ਭਾਵੇਂ ਰਾਤ ਨੂੰ ਸੂਪੇ ਬੱਤੀ ਠੰਡੀ ਬਹੁਤ। ਲਓ ਜੀ, ਦਿਹਾੜੀ ਡੰਗ ਜਿਹੜਾ ਦੋਸਤੋ, ਇੱਕ ਅੱਧਾ ਟਾਈਮ, ਇੱਕ ਅੱਧਾ ਦਿਨ ਜਿਹੜਾ ਰਹਿ ਗਿਆ ਸੂਣ ਦੇ ਵਿੱਚ, ਅਤੇ ਦਿਨ ਵੈਸੇ ਪੂਰੇ ਆ, ਤਿਆਰੀ ਦੇ ਵਿੱਚ ਆ, ਠੀਕ ਆ। ਸੂਆ ਦੂਜਾ ਅਤੇ ਵਿਹੜ ਬਿਲਕੁਲ ਤੁਹਾਡੇ ਸਾਹਮਣੇ ਆ ਜੀ। ਅਤੇ ਬਾਕੀ ਆਹ ਥਣ ਦੇ ਬਾਅਦ ਇੱਕ ਵਾਰੀ ਵਿਖਾ ਦਿੰਦੇ ਹਾਂ, ਬਾਅਦ 'ਚ ਆਪਾਂ ਤੁਹਾਨੂੰ ਤੋੜ ਕੇ ਤਸੱਲੀ ਨਾਲ ਦਿਖਾ ਦਾਂਗੇ। ਠੀਕ ਆ, ਅਗਲੇ ਹੱਥਾਂ ਦਾ ਜਿਹੜਾ ਸਾਈਜ਼ ਦੱਸੋ, ਅਗਲੇ ਅਗਲੇ ਬਰਾਬਰ ਅਤੇ ਪਿਛਲਿਆਂ ਦਾ ਥਣ ਪਿਛਲੇ ਨਾਲ ਬਰਾਬਰ ਹੈ, ਠੀਕ ਹੈ ਜੀ, ਸਾਈਜ਼ ਵਿੱਚ। ਅਤੇ ਖੋਲ੍ਹ ਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਤਸੱਲੀ ਦੇ ਨਾਲ। ਸੈਕਿੰਡ ਟਾਈਮਰ ਜਿਹੜੀ ਦੋਸਤੋ ਇਹ ਵੈਡ ਸੁਣ ਜਾ ਰਹੀ ਹੈ, ਅਤੇ ਖੋਲ੍ਹਦੇ ਪਿੰਦਰ ਵੀਰ ਦਿਖਾ ਦੇਈਏ। ਠੀਕ ਆ, ਹਾਈਟ ਜਿਹੜੀ ਆ ਮੀਡੀਅਮ ਤੁਸੀਂ ਅਕਾਊਂਟ ਕਰ ਸਕਦੇ ਹੋ ਇਸ ਵੈਡ ਦੀ, ਮੀਡੀਅਮ ਕੱਦ ਕਾਠ ਦੀ ਹੈ, ਠੀਕ ਹੈ ਜੀ। ਅਤੇ ਹਵਾਨਾ ਕੁਆਲਿਟੀ ਜਿਹੜੀ ਆ ਹਵਾਨੇ ਦੀ, ਉਹ ਵੀ ਤੁਸੀਂ ਆ ਦੇਖ ਲਓ। ਸੋ ਬਾਕੀ ਮਿਲਕ ਜਿਹੜਾ ਦੋਸਤੋ ਅੱਗੇ ਸੇਵਾ ਦਾ ਹੁੰਦਾ, ਅਤੇ ਸੇਵਾ ਚੰਗੀ ਜਿਹੜੇ ਵੀਰ ਦੀ ਰਹੂਗੀ, ਅੱਗੇ ਦੁੱਧ ਤੁਸੀਂ ਚੁਵਾਈ ਕਰ ਸਕਦੇ ਹੋ ਚੰਗਾ। ਅਤੇ ਬਾਕੀ ਥਣ ਮਗਰਲੇ ਸਾਈਜ਼ ਵਿੱਚ ਜੀ ਭਾਅ ਜੀ, ਇੱਧਰਲਾ ਥੋੜ੍ਹਾ ਭਾਰ ਭੁਲਾਂ ਦੇ ਵਿੱਚ ਥੋੜ੍ਹਾ ਬਿਲਕੁਲ ਸਹੀ ਹੈ, ਐਂ ਦਿੱਪਣ ਟੁੱਪਣ ਓਕੇ ਆ, ਕੋਈ ਗੱਲਬਾਤ ਨਹੀਂ, ਗਾਂ ਬਿਲਕੁਲ 100% ਸਹੀ ਹੈ ਵੀਰੇ। ਜੇ ਕੋਈ ਨੁਕਸ ਹੋਵੇ ਨਾ ਕੋਈ ਗੱਲ ਗੱਲਬਾਤ, ਇਹ ਪਹਿਲਾਂ ਦੱਸ ਦਿੰਦੇ ਨੇ। ਹਾਂਜੀ, ਠੀਕ ਹੈ ਜੀ, ਠੀਕ ਆ, ਬਿਲਕੁਲ ਮੋਗੇ ਹੋਊਗੇ। ਘੁਮਾ ਲਓ ਜੀ,
ਦਾ ਜੋ ਮੋੜ ਦੋ ਜੀ। ਮੁੱਲ ਕਿੰਨਾ ਫਿਰ ਇਹਦਾ ਜੀ? ਮੁੱਲ ਸਾਜੀ ਆਪਾਂ ਗੱਲ ਉਹ ਦੇਣ ਲੈਣ ਵਾਲੀ ਕਰਨੀ ਭਾਜੀ, ਮੁੱਲ ਨਹੀਂ ਕਰਨਾ। ਜੋ ਆਪਾਂ ਲੈ ਦੇ ਲੈਣਾ ਜ਼ਿਆਦਾ ਵੀ ਮੇਰੇ ਮੁੱਲ ਕਰਾ ਕੇ ਮੁੜ ਕਹਿੰਦੇ ਵੀਰੇ ਇੰਨਾ ਘੱਟ ਕਰ ਲਾ, ਇੰਨਾ ਘੱਟ ਕਰ ਲਾ। ਆਪਾਂ ਪਹਿਲਾਂ ਵੀਡੀਓ ਪਾਉਂਦੇ ਰਹੇ, ਮੁੱਲ ਉਹਨਾਂ ਕਰਨਾ ਜੋ ਲੈ ਦੇ ਲੈਣਾ। ਬਿਲਕੁਲ ਜੀ ਸਾਜੀ, ਇਹ 35,000 ਦੀ ਗਾਂ। 35,000 ਦੀ? ਹਾਂਜੀ ਹਾਂਜੀ, ਬਿਲਕੁਲ ਗਰਮੀ ਝੱਲਣ ਵਾਲੀ ਗਾਂ ਵਾ ਅਤੇ ਮੱਝਾਂ ਵਰਗੀ। ਹਾਂਜੀ, ਠੰਡੀ ਸੀਲ ਵਾ, ਤਾਂ ਸੁਣੀ ਬਹੁਤ ਚੰਗਾ। 35,000 ਦੀ ਭਰਾਵੋ ਜਿਹੜੀ ਇਹ ਵਹਿੜ ਲੈਣ ਦੇਣ ਆ, ਠੀਕ ਆ। 35,000 ਹਾਂ ਨਾਲ ਹੀ ਗੱਲ ਆ ਅਤੇ ਵਹਿੜ ਚੰਗੀ ਆ, ਤਿਆਰੀ ਦੇ ਵਿੱਚ ਆ, ਕੋਈ ਅੱਜ ਭਲਕ ਬੱਤ ਸੂ ਪੈਣਾ ਇਹਨੇ, ਠੀਕ ਆ। ਸੋ ਬਾਕੀ ਨਿੱਗਰ ਹਵਾਨਾ ਹਵਾਨਾ ਥੋੜ੍ਹੀ ਜਿਹੀ ਭਲ ਜ਼ਰੂਰ ਤੁਹਾਨੂੰ ਵੇਖਣ ਦੇ ਵਿੱਚ ਨਜ਼ਰ ਆਊਗੀ, ਬਾਕੀ ਚੰਗੀ ਓਵਰਆਲ, ਠੀਕ ਹੈ ਜੀ। ਸ਼ਾਹੀ ਵਾਲ ਕਰੋਸ ਆ। ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਬੱਚੀ ਇਹ ਆਪਾਂ ਤੁਹਾਨੂੰ ਦਿਖਾਉਣੇ ਆ। ਸੂਆ ਪਹਿਲਾਂ ਸੁਣ ਜਾ ਰਹੀ ਹੈ ਜੀ? ਨਹੀਂ ਵੀਰੇ, ਦੂਜਾ ਦੂਜਣ ਦੂਜਾ ਸੂਆ ਸੁਣ ਜਾ ਰਹੀ ਆ। ਫੇਸ ਕੁਆਲਿਟੀ ਦੇਖੋ, ਬਿਲਕੁਲ ਪਤਲਾ ਜਿਹਾ ਫੇਸ ਆ ਤੇ ਛੋਟਾ ਜਿਹਾ ਕੰਨ ਆ, ਠੀਕ ਆ ਜੀ। ਕੱਦ ਪੂਰਾ ਉੱਚਾ ਜੀ, ਵੱਡੇ ਕੱਦ ਦੀ ਆ, ਠੰਡੀ ਧੀਰੀ ਆ ਤੇ ਸੀਰ ਸਾਊ ਪੂਰਾ ਜਿਹੜਾ ਤੁਸੀਂ ਆ ਦੇਖੋ, ਸਾਨੂੰ ਬਹੁਤ ਸੋਹਣਾ ਲੱਗਦਾ। ਆ ਲਓ ਜੀ, ਹੁਣ ਉਹ ਕਹਿੰਦੇ ਨਾ ਵੀ ਪੂਰਾ ਸਵਾਦੀ ਉਹ ਗੱਲਬਾਤ ਹੈ ਜੀ। ਹਾਂਜੀ ਠੀਕ ਆ। ਟੋਟਾ ਗੁੱਲ ਖਾ ਮੋਗੇ ਲੱਗੀ ਪੋਲੀ ਹੈ, ਠੀਕ ਆ। ਕੱਦ ਵੀ ਪੂਰਾ ਉੱਚਾ ਹੈ, ਵੱਡੀਆਂ ਵਹਿੜਾਂ ਦੇ ਵਿੱਚ ਗਿਣਤੀ ਜਿਹੜੀ ਆਪਾਂ ਕਰ ਸਕਦੇ ਹਾਂ ਦੋਸਤੋ। ਫੁੱਲ ਵੱਡੀ ਹਾਈਟ ਦੀ ਆ, ਫੇਸ ਕੁਆਲਿਟੀ ਚੰਗੀ ਆ, ਜਿੱਦਾਂ ਆਪਾਂ ਕਹਿ ਲਈਏ ਵੀ ਐਚ ਐਫ ਅਤੇ ਜਰਸੀ ਦਾ ਜਿਵੇਂ ਕ੍ਰੋਸ ਹੁੰਦਾ ਨਾ, ਵੀ ਕੰਨ ਬਿਲਕੁਲ ਜਿਵੇਂ ਜਰਸੀ ਦਾ ਹੁੰਦਾ ਲੱਗਾ, ਉਸ ਵੰਡ ਦੇ ਵਿੱਚ ਤੁਸੀਂ ਕਾਊਂਟ ਕਰ ਲਿਓ। ਅਤੇ ਸੂਆ ਦੂਜਾ ਭਾਅ ਜੀ ਦਿਨ ਲੈਂਦੀ, ਦੋ ਕੁ ਦਿਨ ਕੱਢੂਗੀ ਜੀ? ਵੀਰੇ 4-5 ਦਿਨ ਨਹੀਂ ਗਾਂ ਸੁਣਦੀ, 4-5 ਦਿਨਾਂ ਤੱਕ ਗਾਂ ਸੁੱਕੂਗੀ। ਜਿਹੜਾ ਵੀਰ ਲੈ ਜੂਗਾ, ਘਰ ਪਿਛਲੇ ਘਰ ਦੀ ਬਰੋਡ ਬਹੁਤ ਗਰੰਟੀ ਆ, ਬੰਦੇ ਨਾ ਬਾਹਰ ਚਲੇ ਗਏ ਮੁੰਡੇ ਨਾਲ, ਠੀਕ ਆ। ਅਤੇ ਕਹਿੰਦੇ ਇਸ ਕਰਕੇ ਵਿਚਣੇ ਦੇ ਸੇਲ ਨਹੀਂ ਕਰਦੇ ਗਾ। ਤੇ ਦੁੱਧ ਤੋਂ ਉਹਨਾਂ ਦੇ ਕਹਿਣ 22-23 ਕਿਲੋ ਭਰਾਉਂਦੀ ਰਹੀ ਆ, ਅਜੇ ਦਿਨ 5-7 ਖੜੂ ਢਿੱਲਾਂ ਬਹੁਤ ਗਾਂ ਤੋਂ। ਤੇ ਗਾੜੀ ਆਪਣੀ ਜਿਹੜਾ ਵੀਰ ਖੜੂ ਸੇਵਾ ਦਾ, ਬਿਲਕੁਲ ਸੇਵਾ 'ਤੇ ਡਿਪੈਂਡ ਆ ਜੀ ਸਾਰਾ ਕੁਛ, ਦੁੱਧ ਜਿਹੜਾ ਸੇਵਾ ਦਾ ਦੋਸਤੋ, ਠੀਕ ਆ। ਅਤੇ ਬਾਕੀ ਗਰਮੀ ਝੱਲਣ ਵਾਲੀ ਵੀਰ ਕਹਿੰਦਾ। ਸੋ ਹੁਣ ਵੀ ਟੈਂਪਰੇਚਰ ਜਿਹੜਾ ਦੋਸਤੋ ਘੱਟੋ ਘੱਟ ਵੀ ਜੇਕਰ ਆਪਾਂ ਐਸਟੀਮੇਟ ਲਾਈਏ 42-43 ਤੋਂ ਬਈ ਬਾਹਰ ਹੀ ਹੋਊਗਾ ਯਾਰ, 42-43 ਡਿਗਰੀ ਤੋਂ ਬਾਹਰ ਚੱਲਣ ਡਿਆ ਦੋਸਤੋ। ਅੱਜ 23 ਜੂਨ ਦੀ ਜੇਕਰ ਆਪਾਂ ਗੱਲ ਕਰ ਲਈਏ ਤਾਂ ਪੂਰੀ ਜਿਹੜੀ ਦੋਸਤੋ ਇੱਕ ਹਿਸਾਬ ਦੀ ਅੱਗ ਜੀ ਲੱਗੀ ਪਈ ਆ ਮੌਸਮ ਵੈਦਰ ਦੀ, ਅਤੇ ਉਹਦੇ ਵਿੱਚ ਵੀ ਕਿਸੇ ਤਰ੍ਹਾਂ ਦਾ ਕੋਈ ਘਬਰਾਹਟ ਜਾਂ ਕੋਈ ਘਰਕਣ ਦਾ ਪਸ਼ੂ ਦਾ ਹੈ ਨਾ ਗਰਮੀ ਮਨਾਉਣ ਦਾ ਦਿਸਣ ਨਹੀਂ ਡਿਆ ਹੈਗਾ। ਨੋਰਮਲੀ ਇੱਕ ਬਿਲਕੁਲ ਕਰੋਸਿੰਗ ਦੇ ਵਿੱਚ ਪਹਿਲੇ ਸੂਹੇ ਘਰ ਵਾਲਿਆਂ ਦੱਸਿਆ 20 ਤੋਂ ਪਲੱਸ ਚੱਲਦੀ ਰਹੀ, ਠੀਕ ਹੈ ਜੀ। ਦੂਜੇ ਨੰਬਰ ਤੇ ਆਪਾਂ ਤੁਹਾਨੂੰ ਵੈੜ ਦਿਖਾ ਰਹੇ ਹਾਂ ਤੇ ਹਵਾਨਾ ਚੰਗਾ ਹਜੇ 5 ਤੋਂ 6 ਦਿਨ ਕੱਢਦੀ ਆ, ਠੀਕ ਹੈ ਜੀ। ਢਿੱਲਾਂ ਢੁੱਲਾਂ ਜਿਹੜੀਆਂ ਦੱਸ ਰਹੀਆਂ ਨੇ ਵੀ ਦਿਨ ਹਜੇ ਲੈ ਜਾਊਗੀ, ਵੀ 5-6 ਦਿਨ ਲੈ ਜੇ, ਇੱਥੇ ਸਮਾਂ ਲੈ ਜੂਗੀ। ਦੂਜਾ ਸੂਆ ਸੂਣ ਦੇ ਵਿੱਚ ਦੋਸਤੋ ਤਿਆਰ ਹੁੰਦੀ ਜਾ ਰਹੀ ਆ ਇਹ ਵਹਿੜ। ਬਾਕੀ ਆਹ ਬੈਕ ਸਾਈਡ ਤੋਂ ਤੁਸੀਂ ਛਣ ਦੇਵਾ ਵੇਖੋ, ਠੀਕ ਹੈ ਜੀ।
ਪੂਰੀ ਵੰਡ ਵੁੰਡ ਚੰਗੀ ਆ ਥਣ ਦੀ, ਮੁੱਠੀ ਵਾਲਾ ਥਣ, ਢਿੱਲ ਢੁੱਲ ਵੇਖੋ ਤੁਸੀਂ ਕਾਫੀ ਆ ਜੀ, ਢਿੱਲ ਢਿੱਲਾ ਢੁੱਲਾ ਕੱਢ ਕੇ ਜਿਹੜਾ ਦੋਸਤੋ ਪਸ਼ੂ ਪੂਰਾ ਬਣ ਥਣ ਕੇ ਫੇਰ ਸੁਣਦਾ ਉਸ ਦੇ ਵਿੱਚ ਸਾਰੇ ਵੀਰ ਜਾਣੂ ਆ ਤੁਸੀਂ। ਅਤੇ ਆਹ ਇੱਕ ਵਾਰੀ ਮੂੰਹ ਮੱਥਾ 'ਤੇ ਆ ਫੇਸ ਕੁਆਲਿਟੀ ਜ਼ਰੂਰ ਦੇਖੋ। ਇਹਦਾ ਮੁੱਲ ਭਾਅ ਜੀ ਬਿੰਦਰ ਕਿੰਨਾ ਫਿਰ? ਮੁੱਲ ਤਾਂ ਜੀ ਵੱਧ ਵੀ ਬਣਾ ਕੇ ਜੀ 52,000 ਦੀ ਬੱਚੀ ਦੀ। 52 ਦੀ? ਠੀਕ ਹੈ ਜੀ, 52,000 ਦੀ ਜਿਹੜੀ ਦੋਸਤੋ ਵੀਰ ਕਹਿੰਦਾ ਵੀ ਇਹ ਵੱਛੀ ਦੇਵਾਂਗੇ। ਅਤੇ ਬਾਕੀ ਤਸੱਲੀ ਦੇ ਨਾਲ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਲਿਓ, ਤਾਂ ਜੋ ਦੋਸਤੋ ਪੂਰੀ ਇਨਫੋਰਮੇਸ਼ਨ ਆ, ਪੂਰੀ ਚੀਜ਼ ਦਿਖਾਈ ਜਾ ਰਹੀ ਹੈ ਜਿਹੜੀ, ਉਹ ਕਿਸੇ ਵੀਰ ਜਿਹਨੇ ਕਿਤੇ ਔਨਲਾਈਨ ਸੌਦਾ ਕਰਨਾ ਹੋਇਆ ਅਤੇ ਉਹਨੂੰ ਵੀ ਸਮਝ ਵਿੱਚ ਆ ਸਕੇ, ਠੀਕ ਆ। ਬਾਕੀ ਥਾਣ ਥੂਣ ਜਿਹੜਾ ਬਿਲਕੁਲ ਤੁਸੀਂ ਦੇਖੋਗੇ ਚੰਗਾ ਥਾਣ। ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਨਗੀਨਾ ਦਿਖਾਉਣਾ, ਤੋਹਫਾ ਚੀਜ਼ ਆ, ਵੱਡੀ ਵੈੜ ਦਿਖਾਵਾਂਗੇ ਦੋਸਤੋ। ਪਹਿਲਾ ਸੂਆ ਪਲੂਣ ਵੱਛੀ ਨੇ ਸੂਣਾ, ਠੀਕ ਆ। ਅਤੇ ਕੱਦ ਕਾਠ ਜਿਹੜਾ ਦੋਸਤੋ ਐਕਸਟਰਾ ਆਰਡਨਰੀ ਆ, ਜਿੱਦਾਂ ਆਪਾਂ ਨੋਰਮਲੀ ਫਾਰਮ ਵਾਲੀਆਂ ਵੱਛੀਆਂ ਦੇਖਦੇ ਹਾਂ, ਪਰ ਇਹ ਤੁਸੀਂ ਥੋੜ੍ਹਾ ਜਿਹਾ ਕ੍ਰੋਸ ਵਿੱਚ ਮੰਨ ਸਕਦੇ ਹੋ ਜਾਂ ਪਿਓਰ ਵਿੱਚ ਹੋ, ਪਰ ਗੱਲਬਾਤ ਆਪਾਂ ਪਿੰਦਰ ਵੀਰ ਦੇ ਨਾਲ ਕਰਦੇ ਹਾਂ। ਬਈ ਪਿੰਦਰ ਵੀਰ, ਵੱਛੀ ਕਾਫੀ ਵੱਡੀ ਆ? ਹਾਂਜੀ ਦੇਖੋ ਜੀ, ਮੇਰੇ ਹੈਡ ਨੂੰ ਪੈਸੇ ਵੱਡੀ ਹੈ, ਫੁੱਲ ਹਾਈਟ ਆ। ਅਤੇ ਉਸ ਅਕੋਰਡਿੰਗ ਆਪਾਂ ਦੇਖੀਏ ਦੋਸਤੋ, ਅਤੇ ਵੈੜ ਦਾ ਕੱਦ ਕਾਠ ਬਹੁਤ ਉੱਚਾ, ਵੱਡੇ ਕੱਦ ਕਾਠ ਦੀ ਆ। ਸੂਆ ਪਹਿਲਾ ਸੂਆ ਹੈਗੀ? ਹਾਂਜੀ ਪਹਿਲਾ ਸੂਆ ਸਾ ਜੀ। ਅਤੇ ਮੂੰਹ ਦੰਦੋ ਬਹੁਤ ਗੋਲ ਮੋਟਾ ਲੱਗਾ ਵਾ, ਸੀਸ ਲੱਗ ਬਹੁਤ ਆ। ਗਾਂ ਜੇ ਸਿਆਲ ਹੁੰਦਾ ਤੇ 25 ਕਿਲੋ ਦੁੱਧ ਭਰਨਾ ਸੀ, ਹੁਣ 20 ਦੇ ਲਾਗੇ ਬੰਨੇ ਅਜੇ ਵੀ ਚੱਲੂਗੀ, 20 ਤੋਂ ਪਲੱਸ ਹੀ ਭਰੂ। ਵੀ ਫੁੱਲ ਬਰੀਡ ਦੇ ਵਿੱਚ ਦੋਸਤੋ ਪੂਰੀ ਜਾਤ ਪਾਤ ਵਾਲੀ ਆ, ਵੀਰ ਕਹਿੰਦਾ ਵੀ ਘੱਟੋ ਘੱਟ ਵੀ 20 ਤੋਂ ਪਲੱਸ ਹੁਣ ਵੀ ਚੱਲੂਗੀ। ਅਤੇ ਸੱਜੇ ਖੱਬਿਓਂ ਬਹਿਣੀ ਉਲਟ ਬਹਿਣੀ ਤੋਂ ਜਿਹੜਾ ਥਾਂ ਆ ਤੁਸੀਂ ਦੇਖੋ, ਠੀਕ ਹੈ ਜੀ। ਅਤੇ ਲਾਲ ਅੱਡਰਾ ਬਿਲਕੁਲ ਲਾਲ ਬਿਲਕੁਲ ਥਣ ਤੁਹਾਨੂੰ ਨਜ਼ਰ ਆਉਣਗੇ। ਸੋ ਥਣ ਦਾ ਸਾਈਜ਼ ਚੰਗਾ ਦੋਸਤੋ, ਮੁੱਠੀ ਦਾ ਥਾਂ ਆ, ਮੋਟਾ ਗੁੱਲ ਥਾਂ ਆ, ਠੀਕ ਹੈ ਜੀ। ਅਤੇ ਆਹ ਫੇਸ ਕੁਆਲਿਟੀ ਹੈ, ਸੂਆ ਪਹਿਲਾ ਸੂਵੇਗੀ। ਕਿਤੇ ਨਾ ਕਿਤੇ ਬਾਈ ਐਚ ਐਫ ਦੇ ਥੋੜ੍ਹਾ ਸ਼ਾਹੀਵਾਲ ਦਾ ਕ੍ਰੋਸ ਆ ਗਿਆ। ਹਾਂਜੀ ਹਾਂਜੀ ਕ੍ਰੋਸ ਆ ਸਰ। ਹਾਂ ਬਿਲਕੁਲ, ਇਹ ਮਤਲਬ ਕਿ ਹੈ ਤਿਆਰੀ ਜੀ ਹੈ ਜਾਂ ਲੈਂਦੀ ਦਿਨ ਕਿ ਦੋ ਚਾਰ ਦਿਨ? ਬਿਲਕੁਲ ਚਾਰੀ ਹੈ, ਇੱਕ ਦੋ ਦਿਨਾਂ ਦੇ ਵਿੱਚ ਵਿੱਚ ਸੂਪ ਹੋਊਗੀ ਬੱਚੀ, ਯਾਨੀ ਖੁੱਲੂਗੀ ਚੰਗੀ, ਖੁੱਲੂਗੀ ਜੀ। ਮਤਲਬ ਕਿ ਜਿਹੜੇ 2-4 ਦਿਨ ਰਹਿ ਗਏ, 3 ਦਿਨ ਪੂਰਾ ਬਣ ਜਾਣਾ। ਹਾਂਜੀ ਹਾਂਜੀ ਹਾਂਜੀ, ਚਲੋ ਬਗਾਨੇ ਘਰ ਉਹ ਸਾਰਾ 2-4 ਦਿਨ ਲੈ ਜਾਵੇ, ਪਰ ਜਿੰਨੀ ਬਣੀ ਹੈ ਨਾ ਬੱਚੀ ਬਹੁਤ ਚੰਗੀ ਬਣੀ ਹੈ ਪਹਿਲਣ। ਲਓ ਵੀ ਦੋਸਤੋ, ਪਹਿਲਣ ਬੱਚੀ ਤੁਹਾਨੂੰ ਦਿਖਾ ਰਹੇ ਹਾਂ, ਪੂਰੀ ਬਣਾ ਥਣਾ ਕਾਫੀ ਸੋਹਣਾ ਕੁਆਲਿਟੀ। ਜੇਕਰ ਆਪਾਂ ਉਚਾਈ ਦੀ ਦੇਖੀਏ, ਕੱਦ ਕੱਦ ਦੇਖੀਏ, ਬੇਲ ਦੇਖੀਏ, ਬੇਲ ਬੜੀ ਆ, ਉਚਾਈ ਪੂਰੀ ਆ। ਇੱਕ ਬੰਦੇ ਜਿਹੜਾ ਆਪਾਂ ਕਹਿ ਦਈਏ ਨਾ, ਪਰਲੇ ਬਣੇ ਬੰਦਾ ਖੜਾ ਹੋਵੇ ਤਾਂ ਦੂਜੇ ਪਾਸੇ ਬੰਦਾ ਲੁਕ ਜਾਂਦਾ, ਠੀਕ ਹੈ ਜੀ। ਅਤੇ ਉਸ ਹਿਸਾਬ ਕਿਤਾਬ ਵਾਲੀ ਜਿਹੜੀ ਇਹ ਵੈੜ ਆ, ਫੁੱਲ ਵੱਡੀ ਮਾਲਕਾਂ ਨਾਲ ਚੰਗੇ ਕੱਦ ਕੱਦ ਦੀ, ਅਤੇ ਖੋਲ੍ਹ ਕੇ ਦਿਖਾ ਦਈਏ ਜੀ ਇੱਕ ਵਾਰੀ। ਤਾਂ ਦਿਨ 2-3 ਦਿਨ ਜਿਹੜਾ ਦੋਸਤੋ ਹੋ ਸਕਦਾ ਵੀ ਸਫ਼ਰ 'ਚ ਕੋਈ ਵੀਰ ਸੌਦਾ ਕਰ ਲਏ, ਸਫ਼ਰ 'ਚ ਲੈ ਕੇ ਜਾਵੇ ਜਾਂਦਿਆਂ ਸੂਫੇ, ਠੀਕ ਹੈ ਜੀ। ਕਿਉਂਕਿ ਦੂਰ ਦੁਰਾਡੇ ਥੋੜ੍ਹਾ ਸਫ਼ਰ ਦੇ ਵਿੱਚ ਇਹ ਗੱਲ ਦੀ ਜਿਹੜੀ ਦੋਸਤੋ ਨੋਟ ਹੋ ਜਾਂਦੀ ਹੈ ਵੀ ਪਸ਼ੂ ਜਾਂਦਿਆਂ ਵੀ ਸੂ ਸਕਦਾ, ਬਾਕੀ ਖਲੋਤ ਰਹੇ ਇੱਕ ਪਸ਼ੂ ਥਾਂ 'ਤੇ ਤਾਂ 2-3 ਦਿਨ ਵੀ ਕੱਢ ਸਕਦਾ। ਇੱਥੇ ਰੁਕ ਕੇ ਵੀਰ ਜੀ 2 ਮਿੰਟ।
ਓਕੇ ਜੀ। ਸੋ ਚੰਗੀ ਮਾਲਕ ਨਾਲ ਦੋਸਤੋ ਕੱਦ ਕਾਠ ਦੀ ਵੀ ਹਵਾਨੇ ਆਰਡਰ ਕੁਆਲਿਟੀ ਦੀ ਵੀ, ਬਾਕੀ ਦੁੱਧ ਜਿਹੜਾ ਦੋਸਤੋ ਫਿਰ ਇੱਕ ਵਾਰੀ ਕਹਿ ਦਿੰਦੇ ਹਾਂ ਸੇਵਾ ਦਾ ਦੁੱਧ ਆ ਵੀ, ਚੁਆਈ ਤੁਸੀਂ ਕਰਨੀ ਹੋ ਸਕਦਾ 20 ਤੋਂ ਪਲੱਸ ਵੀ ਚੁਆਈ ਕਰ ਲਓ ਇਸ ਵੈੜ ਦੇ ਥੱਲਿਓ, ਕਿਉਂਕਿ ਜਾਤ ਪਾਤ ਵਾਲਾ ਪਸ਼ੂ ਜਿਹੜਾ ਦੋਸਤੋ ਬਰੀਡ ਦੇ ਵਿੱਚ ਆ ਪੂਰਾ, ਉਹ ਮਿਲਕਿੰਗ ਕਿਤੇ ਨਾ ਕਿਤੇ ਦਿੰਦਾ ਜ਼ਰੂਰ ਆ ਜਿੰਨੀ ਸੇਵਾ ਕਰਨਗੇ, ਠੀਕ ਆ ਜੀ। ਅਤੇ ਥਣ ਤੋਂ ਇੱਕ ਵਾਰੀ ਆਹ ਤੁਸੀਂ ਵੇਖੋ ਕੁਆਲਿਟੀ ਪੂਰੀ ਥਣ ਭਾਅ ਜੀ, ਸੂਣ ਤੋਂ ਬਾਅਦ ਹੋਰ ਵੀ ਪ੍ਰੋਪਰ ਕੱਢ ਆਉਣਾ ਹੋਰ ਭਰ ਜਾਓ, ਬਹੁਤ ਗੁੱਲ ਮੋਟਾ ਲੱਗਾ ਜੀ। ਹਾਂ ਹਾਂ ਲਓ ਜੀ, ਸੂਆ ਪਹਿਲਾਂ ਨਾ ਚੁਆਈ ਚੁਈ ਲੱਗ ਕੇ ਉਸ ਬਾਰੇ ਤਪਿੰਦਰ ਵੀਰ ਕਿੰਨਾ ਮੁੱਲ ਫਿਰ ਇਹਦਾ? ਮੁੱਲ ਸੰਧੂ ਸਾਹਿਬ ਇਹ ਰੇੜੀਆਂ ਵਾੜਾਂ ਲੋਕੀ 70-75 ਹਜ਼ਾਰ ਰੁਪਏ ਕਰੀ ਜਾਂਦੇ, ਆਪਾਂ ਉਹ ਨਹੀਂ ਗੱਲ ਕਰਨੀ, ਆਪਾਂ ਭਾਣਾ ਲਈ ਭਾਣਾ ਦੇ ਦੇ। ਹਾਂਜੀ ਆਪਾਂ ਜੀ ਇਹਦਾ ਲਾਸਟ 55,000 ਦੇ ਦਾਂਗੇ। 55 ਜੀ, 55 ਜੀ, ਠੀਕ ਹੈ ਜੀ। 55,000 ਦੀ ਭਰਾਵੋ ਹਾਂ ਨਾ ਜਿਹੜੀ ਉਹ 55,000 ਆ, ਪੂਰੀ ਵੱਡੀ ਇਹ ਵੈੜ ਆ, ਠੀਕ ਆ, ਪੂਰੀ ਵੱਡੀ ਵੈੜ ਆ। ਤੋ ਸੈਟਿਸਫਾਈ ਹੋਵੋਗੇ, ਵੇਖੋਗੇ ਤਸੱਲੀ ਜਿਹੜੀ ਸੰਤੁਸ਼ਟੀ ਹੋਵੇਗੀ ਵੀ ਵੱਡੀ ਵੈੜ ਲੈ ਕੇ ਚੱਲੇ ਆਪਾਂ, ਵੀ ਕੱਦ ਕਾਠ ਦੀ ਪੂਰੀ ਉੱਚੀ ਆ। ਅਤੇ ਇੱਕ ਇਹ ਤੁਹਾਨੂੰ ਵੈੜ ਦਿਖਾਤੀ ਸੀ, ਇਹ ਵੀ ਦੂਜਾ ਸੁਭਾਅ ਸੋਹਣੀ ਆ, ਅਤੇ ਕੱਦ ਕਾਠੀ ਇਹਦਾ ਵੀ ਪੂਰਾ ਵੱਡੀਆਂ ਵੈੜਾਂ ਦੇ ਵਿੱਚ ਕਾਊਂਟ ਕਰ ਸਕਦੇ ਹੋ। ਇੱਕ ਤੀਜੇ ਨੰਬਰ 'ਤੇ ਤੁਹਾਨੂੰ ਸ਼ਾਹੀਵਾਲ ਦਿਖਾਈ ਸੀਗੀ, ਪਹਿਲੇ ਨੰਬਰ 'ਤੇ ਆਪਾਂ ਤੁਹਾਨੂੰ ਸ਼ਾਹੀਵਾਲ ਦਿਖਾਈ ਸੀਗੀ, ਅੱਜ 3 ਨਾਗ ਸੀ ਦੋਸਤੋ, 3 ਗੱਬਣ ਆ ਬਿਲਕੁਲ ਤਿਆਰੀ ਦੇ ਵਿੱਚ ਆ ਸੂਣ ਦੇ। ਤਾਂ ਪਿੰਦਰ ਵੀਰ ਇੱਕ ਸੰਪਰਕ ਨੰਬਰ ਦੇ ਦਿਓ ਆਪਣੇ, 76968 ਹਾਂਜੀ 68905, ਠੀਕ ਹੈ ਜੀ। ਸੋ ਦੋਸਤੋ ਇਹ ਸਨ ਮੇਰੇ ਨਾਲ ਵੀਰ ਪਿੰਦਰ, ਪਿੰਡ ਸਰਾਲੀ ਮੰਡ ਹੈਗਾ ਦੋਸਤੋ, ਨੇੜੇ ਪਿੰਡ ਸ਼ਕਰੀ ਆ, ਇੱਕ ਬੰਨੇ ਕੈਰੋਂ ਆ, ਲੌਕਾ ਪੱਟੀ ਕੋਈ 6-7 ਕਿਲੋਮੀਟਰ ਦੀ ਦੂਰੀ ਆ। ਅਤੇ ਵਿਜਿਟ ਕਰਕੇ ਤੁਸੀਂ ਤਸੱਲੀ ਕਰ ਸਕਦੇ ਹੋ, ਵਿਖਾਏ ਹੋਏ ਪਸ਼ੂਆਂ ਨੂੰ ਤਸੱਲੀ ਨਾਲ ਦੇਖ ਸਕਦੇ ਹੋ ਬਈ ਜਿੰਨੀ ਚੀਜ਼ ਦਿਖਾਈ ਗਈ ਆ ਜਾਂ ਦੱਸੀ ਗਈ ਉਨੀ ਪ੍ਰੋਪਰ ਨਿਕਲਦੀ ਆ। ਸੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।